ਮਿੰਟੂ ਜੀ ਪੰਜਾਬ ਦੇ ਆਪਾਂ ਹਾਲਾਤਾਂ ਤੇ ਆ ਜੀਏ ਵੈਸੇ ਉਹਦੇ ਨਾਲ ਬਈ ਜੁੜੀ ਹੋਈ ਇੱਕ ਇੰਟਰਵਿਊ ਵੀ ਕੀਤੀ ਹੈ ਵੀ ਆਉਣ ਵਾਲਾ ਮੌਸਮ ਆ ਜਿਹੜਾ ਹਫਤੇ ਦੋ ਹਫਤੇ ਨਾਲ ਕਿਦਾਂ ਦਾ ਰਹੇਗਾ ਤਾਂ ਉਹ ਜ਼ਰੂਰ ਤੁਸੀਂ ਸੁਣਿਓ ਤੇ ਹਾਲਾਤ ਕਿਦਾਂ ਦੇ ਆ ਪੰਜਾਬ ਦੇ ਉਹ ਵੀ ਦੱਸਿਆ ਗਿਆ ਹੈ ਕਾਰਨ ਆ ਜਿਹੜਾ ਉਹਦੇ ਉੱਤੇ ਵੀ ਲੰਬੀ ਛੋਟੀ ਗੱਲਬਾਤ ਹੋਈ ਆ ਤੁਸੀਂ ਜਰਾ ਇੱਕ ਇੰਟਰਵਿਊ ਆ ਤਾਂ ਸਾਡੀ ਟੀਮ ਆ ਜਿਹੜੀ ਉਹ ਲਿੰਕ ਵੀ ਸ਼ੇਅਰ ਕਰ ਦੇਗੀ ਉਹ ਜ਼ਰੂਰ ਸੁਣਿਓ ਪ੍ਰੋਗਰਾਮ ਤੋਂ ਬਾਅਦ ਹੁਣ ਮਿੰਟੂ ਜੀ ਹਾਲਾਤ ਆ ਜਿਹੜੇ ਜੋ ਪੰਜਾਬ ਦੇ ਬਣ ਗਿਆ ਇਸ ਵੇਲੇ ਮਤਲਬ ਇਸ ਦੁਖਦਰ ਦੇ ਵਿੱਚ ਪੰਜਾਬ ਦੀ ਬਾਹ ਕੌਣ ਫੜੂਗਾ ਇਹ ਸਭ ਤੋਂ ਵੱਡਾ ਸਵਾਲ ਆ ਜੀ ਸਾਡੇ ਸਮਾਜ ਸੇਵੀ ਆ ਜਉਂਦੇ ਰਹਿਣ ਪੰਜਾਬੀ ਜਿੰਨੇ ਕੁ ਜੋਗੇ ਹੈਗੇ ਆ ਜੀ ਉਹ ਚਲੋ ਆਰ ਕਰਦੇ ਆ ਜੀ ਕਿਸੇ ਨੇ ਲੰਗਰ ਦੇਤਾ ਕਿਸੇ ਨੇ ਕੋਈ ਹੁਣ ਹੋਰ ਪੈਸੇ ਥੇਲੇ ਦੀ امداد ਕਰ ਦੇਣੀ ਆ ਥੋੜੀ ਬਹੁਤੀ ਖਾਸ ਥਾਮਾਂ ਤੇ ਹੋ ਸਕਦਾ ਕੋਈ ਲੀੜਾ ਲੱਤਾ ਜਿਹੜਾ ਉਹ ਸਾਰਾ ਕੁਝ ਚੱਲੀ ਜਾਏਗਾ ਜੀ ਪਰ ਗੱਲ ਇਹ ਆ ਕਿ ਜਦੋਂ ਗੱਡੀ ਲਿਓ ਲੱਥ ਜਾਂਦੀ ਹੈ ਜਿਸ ਸੂਬੇ ਦੀ ਆਰਥਿਕਤਾ ਚ 25% ਸਿੱਧਾ ਇੱਕ ਸੈਕਟਰ ਹਿੱਸਾ ਪਾਉਂਦਾ ਹੈ ਜੀ ਤਾਂ ਉਸ ਸੈਕਟਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਉਹ ਨੁਕਸਾਨ ਹੀ ਉਹ ਹੈ ਨਾ ਆਪਾਂ ਦੇਖਦੇ ਹਾਂ ਕਿ ਉਹ ਕਣਕਾ ਵਾਲਾ ਕੰਮ ਤੇ ਹਾਲੇ ਭੁੱਲਿਆ ਨਹੀਂ ਸੀਗਾ ਕਿ ਕੁਝ ਜ਼ਿਲ੍ਹਿਆਂ 'ਚ ਉਹ ਬੜਾ ਅਸਰ ਹੋਇਆ ਜੀ ਜੋਚ ਖੇੜਾ ਆਇਆ ਜੀ ਇਸ ਤਰ੍ਹਾਂ ਮਤਲਬ ਕਿ ਬੜੀ ਤਬਾਈ ਹੋਈ ਗੜੇਮਾਰੀ ਦੇ ਨਾਲ ਜੀ ਅੱਛਾ ਉਹ ਨਹੀਂ ਸੀ ਭੁੱਲਿਆ ਤੇ ਐਤਕੀ ਇਹ ਕੰਮ ਹੁਣ ਹੋ ਗਿਆ ਸਭ ਤੋਂ ਵੱਡਾ ਸਵਾਲ ਤੇ ਇਹੋ ਕੱਲ ਵੀ ਆਪਾਂ ਗੱਲ ਕੀਤੀ ਸੀਗੀ ਜੀ ਕਿ ਆਰਥਿਕਤਾ ਜੁੜੀ ਆ ਖੇਤੀ ਦੇ ਨਾਲ ਜੀ ਤੇ ਹੁਣ ਤਾਂ ਜ਼ਿਲ੍ਹੇ ਤਕਰੀਬਨ ਸਾਡੇ ਕੋਈ 7-8 ਛੱਡਦੀਏ ਬਾਕੀ ਸਾਰਿਆਂ ਚ ਬਹੁਤ ਵੱਡਾ ਰਕਬਾ ਜਿਹੜਾ ਨੁਕਸਾਨਿਆ ਗਿਆ ਜੀ ਮਤਲਬ ਕਿ ਤੁਸੀਂ ਦੇਖ ਲਓ ਕਿ ਚਰੀ ਦੇ ਟਾਂਡੇ ਤੱਕ ਨਹੀਂ ਬਚਨੇ ਹਾਂਜੀ ਮੱਕੀ ਸਬਜ਼ੀਆਂ ਸਭ ਕੁਝ ਬਰਬਾਦ ਆ ਜੀ ਪਨੀਰੀ ਦੀ ਤਾਂ ਗੱਲ ਹੀ ਛੱਡੋ ਝੋਨਾ ਪਨੀਰੀ ਵੈਸੇ ਖਤਮ ਹੋਈ ਸੀ ਝੋਨਾ ਜਿਹੜਾ ਲੱਗਿਆ ਸੀ ਉਹ ਵੀ ਖਤਮ ਹੁੰਦਾ ਜਾਪਦਾ ਜੀ ਤਾਂ ਹੁਣ ਕੌਣ ਬਾਹ ਫੜੇਗਾ ਇੱਕ ਬਹੁਤ ਵੱਡਾ ਸਵਾਲ ਆ ਜੀ ਗੱਲ ਇਹ ਆ ਕਿ ਇਹ ਨਾ ਹੋਵੇ ਕਿ ਹੁਣ ਭਈ ਉਹ ਉਹਦੇ ਮੂੰਹ ਹਲ ਵੇਖੇ ਤੇ ਉਹ ਉਹਦੇ ਮੂੰਹ ਹਲ ਵੇਖੇ ਜੀ ਮਤਲਬ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਜੀ ਵੈਸੇ ਤੇ ਉਹਨਾਂ ਨੂੰ ਵੀ ਬਾਹ ਫੜਨੀ ਚਾਹੀਦੀ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਕੁਦਰਤੀ ਆਫਤ ਆਉਂਦੀ ਆ ਪਾ ਅੱਗੇ ਵੀ ਗੱਲ ਕੀਤੀ ਸੀ ਕਿ ਦੋਵੇਂ ਸਟੇਟਾਂ ਰਲ ਕੇ ਇੱਕ ਮੁਆਵਜ਼ਾ ਦਿੰਦੀਆਂ ਨੇ ਜੀ ਹੁਣ ਚੱਕਰ ਕੀ ਆ ਕਿ ਜਿੱਦਾਂ ਪਿਛਲੀ ਵਾਰੀ ਆਪਾਂ ਦੇਖਿਆ ਇਹਨਾਂ ਦੀ ਮੁਆਵਜ਼ਾ ਨੀਤੀ ਜਿਹੜੀ ਆ ਨਾ ਉਹ ਬਿਲਕੁਲ ਮੁਆਵਜ਼ਾ ਨੀਤੀ ਨਾ ਹੋ ਕੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੋਰ ਹੀ ਕੁਝ ਬਣ ਗਿਆ ਉਹਦਾ ਜੀ ਜਿਵੇਂ ਕਹਿੰਦਾ ਤਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਚੱਲਿਆ ਤਾਂ ਕਮ ਇਹ ਸੀ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਖਰਾਬਾ ਜਿਹੜਾ ਉਹ ਆ ਜਾ ਗਿਆ ਇਹਨਾਂ ਨੇ ਨਾਰਾਜਾ ਵੀ ਦਿੱਤਾ ਸੀਗਾ ਨਾ ਕਿ ਫਸਲਾ ਲੈ ਖੇਤ ਚ ਤੇ ਮੁਆਵਜ਼ਾ ਜੇਬ ਚ ਜਿਸ ਤਰ੍ਹਾਂ ਆਇਆ ਸੀ ਉਹ ਫੋਟੋਆਂ ਲੱਗੀਆਂ ਸੀ ਮਾਨ ਸਾਹਿਬ ਦੀਆਂ ਅੱਛਾ ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਜਿਹੜੇ ਪਿੰਡਾਂ ਚ ਲੰਬੀ ਹਲਕੇ ਚ ਆ ਕੇ ਇਹਨਾਂ ਨੇ ਦੌਰਾ ਕੀਤਾ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਨੇ ਅੱਖੀ ਵੇਖਿਆ ਉਹਨਾਂ ਚ ਟੈਲੀਫੋਨ ਕਰਕੇ ਪੁੱਛਣ ਨੂੰ ਹੁਣ ਤਾਂ ਮੇਰੀ 2 ਕੁ ਮਹੀਨੇ ਨਹੀਂ ਗੱਲ ਹੋਈ ਮਿੰਟੂ ਜੀ ਇੱਕ ਪਟਵਾਰੀ ਸੀਗੇ ਆਪਣੇ ਇਧਰਲੇ ਹਲਕੇ ਦੇ ਤੁਹਾਡੇ ਪਿੰਡਾਂ ਵਾਲਦੇ ਉਹਨਾਂ ਤੋਂ ਮੈਂ ਪੁੱਛਿਆ ਸੀਗਾ ਮੈਂ ਕਿਹਾ ਵੀ ਉਹ ਆ ਗੀਆਂ ਸੂਚੀਆਂ ਤੁਹਾਡੇ ਕੋਲੇ ਜਿਹੜਾ ਮੁਆਵਜ਼ਾ ਆਉਣਾ ਹੈ ਜਿਹੜਾ ਤੁਸੀਂ ਭੇਜਿਆ ਇਧਰੋਂ ਕਹਿੰਦਾ ਜੀ ਕੁਝ ਨਹੀਂ ਭੱਲੇ ਆਇਆ ਹਿੰਦੇ ਇਹ 2-3 ਪਿੰਡ ਸੀ ਜਿੱਥੇ 90 ਤੋਂ 100% ਦੀ ਨੁਕਸਾਨ ਹੋ ਗਿਆ ਜੀ ਖਾਸ ਤੌਰ ਤੇ ਇੱਕ ਮਤਲਬ ਕਿ ਫਾਟ ਜੀ ਸੀ ਸੀਗੀ ਉਹ ਮੈਂ ਵੀਡੀਓ ਵੀ ਪਾਈ ਸੀਗੀ ਬਹੁਤ ਲੋਕਾਂ ਨੇ ਦੇਖੀ ਜਦੋਂ ਇੱਥੋਂ ਮੈਂ ਗਿਆ ਨਾ ਉਸ ਦਿਨ ਪ੍ਰੋਗਰਾਮ ਫਿਨਿਸ਼ ਕਰਕੇ ਜੀ ਤੇ ਜਾਂਦਿਆਂ ਨੂੰ ਤਬਾਈ ਹੋਈ ਵੀ ਸੀਗੀ ਜੀ ਤੇ ਗੱਲ ਇਹ ਆ ਕਿ ਹਸਾਬ ਲਾ ਲਓ ਉੱਥੋਂ ਤੱਕ ਵੀ ਮੁਆਵਜ਼ਾ ਨਹੀਂ ਪਹੁੰਚਿਆ ਜਿੱਥੇ ਖੁਦ ਮੁੱਖ ਮੰਤਰੀ ਨੁਕਸਾਨ ਵੇਖ ਕੇ ਗਏ ਜੀ ਜਿਹਨਾਂ ਪਿੰਡਾਂ 'ਚ ਨੁਕਸਾਨ ਵੇਖ ਕੇ ਗਏ ਜੀ अच्छा ਹੁਣ ਜੇ ਉਸੇ ਤਰ੍ਹਾਂ ਦਾ ਕੰਮ ਹੋਇਆ ਮੰਨ ਲਓ ਕੇਂਦਰ ਸਰਕਾਰ ਨੇ ਇੱਕ ਟੀਮ ਭੇਜਦੀ ਸਰਵੇਖਰਤਾ ਜੀ ਇਹ ਕਰ ਦਿੱਤਾ ਕੇਂਦਰ ਦੀ ਟੀਮ ਆ ਗਈ ਹੈ ਮੁੜ ਕੇ ਜਿਸ ਤਰ੍ਹਾਂ ਦੇ ਉਹਨਾਂ ਦੇ ਲਾਸ਼ਨ ਹੈਗੇ ਨੇ ਇਸ ਵੇਲੇ ਕੇਂਦਰ ਦੇ ਮੁੜ ਕੇ ਉਹ ਕਹਿ ਦੇਣ ਕਿ ਇਦਾਂ ਕਰੋ ਜੀ ਤੁਸੀਂ ਇੱਕ ਵਾਰੀ ਆਪਦੇ ਕੋਲੋਂ ਦੇ ਦਿਓ ਅਸੀਂ ਤੁਹਾਨੂੰ ਪੈਸਾ ਭੇਜਦੇ ਆ ਜੀ ਤੇ ਫਿਰ ਕਿੰਨੇ ਬਾਹ ਫੜਦੀਆਂ ਇਹਨਾਂ ਦੇ ਕੋਲ ਤੇ ਹੈ ਹੀ ਨਹੀਂ ਕੁਝ ਇਹਨਾਂ ਕੁਝ ਦੇ ਦੇਣਗੇ ਕਿ ਦੁਬਾਰਾ ਕਿਸਾਨ ਜਿਹੜੇ ਆ ਉਹ ਆਪਣੇ ਦਮ ਤੇ ਨਹੀਂ ਸਰਕਾਰ ਦੀ ਮਦਦ ਦੇ ਨਾਲ ਆਪਣੀ ਫਸਲ ਜਿਹੜੀ ਹੈ ਉਹ ਦੁਬਾਰਾ ਕੁਝ ਬੀਜ ਸਕਣ ਜੀ ਵੈਸੇ ਮੈਨੂੰ ਤੇ ਏਉਂ ਲੱਗਦਾ ਕਿ ਬਹੁਤ ਵੱਡਾ ਸੰਕਟ ਹੈ ਜੇ ਸਾਰਾ ਝੋਨਾ ਮਰ ਜਾਂਦਾ ਕਿਉਂਕਿ ਤੁਸੀਂ ਦੇਖੋ ਨਾ ਹਾਲੇ ਵੀ ਕਈ ਥਾਮਾ ਤੇ ਸਤਲੁਜ ਜਿਹੜਾ ਉਹ ਪਾਟੀ ਜਾਂਦਾ ਕੰਢਿਆਂ ਤੋਂ ਹਾਂਜੀ ਕੁਝ ਹੋਰ ਦਰਿਆ ਜਿਹੜੇ ਆ ਮਤਲਬ ਕਿ ਜਿੱਦਾਂ ਹੁਣ ਉਹਨੂੰ ਕਗਰ ਦਰਿਆ ਕਹਿ ਦਿੰਨੇ ਆ ਜਾਂ ਟਾਂਗਰੀ ਆ ਵੱਡੀ ਨਦੀ ਆ ਉਹ ਜਿੱਥੇ-ਜਿੱਥੇ ਵੀ ਹੁਣ ਫੈਲਣਗੇ ਐਸ ਵਾਈ ਐਲ ਜਿੱਥੇ ਟੁੱਟੀ ਆ ਤਾਂ ਉਹ ਉਹ ਮਤਲਬ ਕਿ ਸਾਰਾ ਰਕਬਾ ਜਿਹੜਾ ਨੁਕਸਾਨਿਆ ਜਾਏਗਾ ਹੁਣ ਇਹ ਇਹ ਵੱਡਾ ਸਵਾਲ ਹੈ ਕਿ ਭਾਈ ਜੇ ਉੱਥੇ ਜੀਰੀ ਨਹੀਂ ਬਚਦੀ ਬਚਨੀ ਕੀ ਆ ਜੇ ਪਾਣੀ ਕਿਉਂਕਿ ਲੈਂਦੇ ਆ ਲੈਂਦੇ ਆ ਵੀ ਪਾਣੀ ਕੋਈ 2-4 ਰੋਜ਼ ਤੇ ਲੈਂਦਾ ਹੀ ਆ ਬਿਲਕੁਲ ਲੈਂਦਾ ਜੀ ਇਦਾਂ ਹੀ ਮਿੰਟੂ ਜੀ ਇਹਦੇ ਸ਼ੁਭਮ ਗੁਪਤਾ ਉਹ ਵੀ ਤੁਹਾਡੇ ਨਾਲ ਹੀ ਸਹਿਮਤ ਨੇ ਉਹ ਕਹਿੰਦੇ ਜੀ ਦੇਖੋ ਲੋਹੀਆਂ ਖਾਸ ਆ ਸਾਡਾ ਏਰੀਆ ਮਿੰਟੂ ਜੀ ਉੱਥੇ ਕਹਿੰਦੇ ਕਿ ਪਾਣੀ ਟੁੱਟਿਆ ਤੇ ਉੱਥੇ ਹੀ ਟੁੱਟਿਆ ਜਿੱਥੇ 2019 ਦੇ ਵਿੱਚ ਟੁੱਟਿਆ ਸੀ ਉਹੀ ਬੰਨ ਟੁੱਟ ਗਿਆ ਜਿਹੜਾ ਲੋਕਾਂ ਨੇ ਲਾਇਆ ਸੀ ਕਿਉਂਕਿ 4 ਸਾਲ ਕੋਈ ਦੇਖਣੀ ਨਹੀਂ ਆਇਆ ਉਹੀ ਗੱਲ ਹੈ ਨਾ ਕਿ ਬਾਹ ਹੁਣ ਕਿਹੜਾ ਫੜੇਗਾ ਸਵਾਲ ਤੇ ਇਹੀ ਹੈ ਤੇ ਉਹ ਨੂੰ ਹੁਣ ਕਿਉਂਕਿ ਫਸਲ ਐ ਸਰੋਤੇ ਚ ਤੇ ਹੁਣ ਫਸਲ ਕੋਈ ਬੀਜ ਨੂੰ ਰ ਹੈ ਹਾਂਜੀ ਬਾਸਮਤੀ ਲੱਗ ਸਕਦੀ ਹੈ ਇੰਨੀ ਹੁਣ ਪਨੀਰੀ ਦਾ ਪ੍ਰਬੰਧ ਕਿਵੇਂ ਕੀਤਾ ਜਾਏਗਾ ਜੀ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਜੀ ਬਾਸਮਤੀ ਦੀ ਰੋਤ ਹੈਗੀ ਝੋਨਾ ਵੀ ਲੱਗ ਸਕਦਾ ਪਰ ਪਨੀਰੀ ਨਹੀਂ ਮਿਲਨੀ ਜੀ ਪਨੀਰੀ ਬਚੀ ਨਹੀਂ ਨਾ ਕਿਉਂਕਿ ਸਾਰੇ ਰਕਬੇ ਚ ਲੱਗ ਗਿਆ ਸੀਗਾ ਝੋਨਾ ਤਕਰੀਬਨ ਆਪਣਾ ਲੱਗਦਾ ਹੈ 30 ਤੋਂ 32 34 ਲੱਖ ਹਕਟੇਰ ਲੱਗਦਾ ਜਿੰਨਾ ਆਪਣਾ ਇਹਨੂੰ 2.5 ਗੁਣਾ ਕਰ ਲੋ ਮਤਲਬ ਕਿ ਲਾ ਲੋ ਕਿ ਬਈ 70 ਲੱਖ ਕਿੱਲਾ ਲੱਗਦਾ ਆਪਣੇ ਜੀ 70 ਲੱਖ ਕਿੱਲਾ ਝੋਨਾ ਆਲਮੋਸਟ ਡਨ ਸੀਗਾ ਲੱਗ ਗਿਆ ਜੀ ਤੇ ਹੁਣ ਉਹਦੇ ਚੋ ਜੇ ਆਪਾਂ ਹਾਲੇ ਮੋਟਾ ਅੰਦਾਜ਼ਾ ਲਾਈਏ ਅੰਕੜੇ ਆਉਣੇ ਬਕਾਇਆ ਨੇ ਜੀ ਜੇ ਆਪਾਂ ਮੋਟਾ ਜੰਦਾਸਾ ਲਾਈਏ ਕਿ 70 ਲੱਖ ਕਿੱਲੇ ਚੋਂ ਜੇ ਮੰਨ ਲਓ 20 ਲੱਖ ਕਿੱਲੇ ਚ ਵੀ ਨੁਕਸਾਨ ਹੋਇਆ ਤਾਂ ਉਹਦੀ ਇੰਨੀ ਕੀ ਮਤਲਬ ਕਿ ਪਨੀਰੀ ਵਗੈਰਾ ਚੋ ਵੀ ਹੈ ਕਿ ਉਹ ਸਾਡੇ ਕੁਲ ਪਿਆ ਸਾਰਾ ਕੁਝ ਬਹੁਤ ਔਖਾ ਹੈ ਤੇ ਜੇ ਕੋਈ ਬਦਲਵੀਂ ਫਸਲ ਵੱਲ ਜਾਣਾ ਜਾਵੇ ਕਿਤੇ ਹੋਰ ਮਤਲਬ ਕਿ ਹੋਣਾ ਹੈ ਬਾਸਮਤੀ ਵਗੈਰਾ ਜੋ ਵੀ ਹੈ ਤਾਂ ਉਹਦੇ ਵਾਸਤੇ ਸਰਕਾਰ ਨੂੰ امداد ਕਰਨੀ ਬਣਦੀ ਹੈ ਨਾ ਜਿਨ੍ਹਾਂ ਨੇ ਠੇਕੇ ਤੇ ਲਈਆਂ ਜ਼ਮੀਨਾਂ ਉਹ ਜੇ ਕਣਕ ਵੇਲੇ ਵੀ ਰਗੜੇ ਗਏ ਕਿਤੇ ਖਾਸ ਇਲਾਕਿਆਂ 'ਚ ਤੇ ਉੱਤੋਂ ਇਹ ਮਾਰ ਤੇ ਉਹ ਕੀ ਕਰੋਗੇ ਜੀ ਤੇ ਉਹੀ ਹੈ ਨਾ ਕਿ ਹੁਣ ਬਾਹ ਫੜਨ ਵਾਲੀਆਂ ਤਾਂ ਦੋ ਸਰਕਾਰਾਂ ਨੇ ਜੀ ਸਾਡੀ ਤੇ ਇੱਕ ਕੇਂਦਰ ਦੀ ਹੁਣ ਜੇ ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਊਗੀ ਤਾਂ ਫਿਰ ਕੀ ਬਣਨਾ ਜੀ ਕਿਉਂਕਿ ਕੁਦਰਤੀ ਆਫਤ ਹੈ ਆ ਜੀ ਇਹ ਕੋਈ ਧਿਗੋਜੋਰੀ ਨਹੀਂ ਮੰਗ ਰਿਆ ਕਿ ਸਾਨੂੰ ਪੈਸੇ ਦਿਓ ਹਾਂਜੀ ਤੇ ਜੇ ਨਹੀਂ ਤੇ ਫਿਰ ਸਾਡੀ ਇਕਨੋਮੀ ਤੇ ਅਸਰ ਬਹੁਤ ਪੈਗਾ ਅਗਾਂਹ ਦੀਵਾਲੀ ਤਾਂ ਸਾਡੀ ਝੋਨੇ ਨੇ ਬਣਾਉਣੀ ਹੁੰਦੀ ਹੈ ਨਾ ਜੀ ਹੋਰ ਸਾਡੇ ਕੋਲ ਕਿਹੜਾ ਕੋਈ ਮਤਲਬ ਕਿ ਬੈਰੋਖਾਂ ਤੇ ਲੱਗ ਜਾਂਦੇ ਨੇ ਬਿਲਕੁਲ ਜਿਹੜਾ ਫੈਸਟੀਵਲ ਸੀਜ਼ਨ ਆਉਂਦਾ ਲਗਭਗ ਇਸ ਨੂੰ ਕਵਰ ਕਰਨਾ ਸਾਰੀ ਸਾਰਾ ਸਾਡਾ ਬਾਜ਼ਾਰੇ ਦੇ ਤੇ ਸਿਰ ਤੇ ਚੱਲਦਾ ਜੀ ਇਸ ਕਰਕੇ ਬੜੀ ਦਿੱਕਤ ਹੋ ਜਾਏਗੀ ਤੇ ਜਿਹੜੀ ਗੱਲ ਲੋਹਿਆਂ ਵਾਲੀ ਆ ਉਹ ਜਿਹੜਾ ਨਸੀਰਪੁਰ ਦੇ ਕੋਲ ਟੁੱਟਿਆ ਤੁਸੀਂ ਬਣਾ ਉਹਦੇ 'ਚ ਤੁਸੀਂ ਵੇਖੋ ਮੈਨੂੰ ਲੱਗਦਾ ਕਿ ਸੀਚੇਵਾਲ ਸਾਹਿਬ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜਿਹੜਾ ਕੰਮ ਉਹ ਆਪਣੇ ਪੱਧਰ ਤੇ ਕਰ ਸਕਦੇ ਸਨ ਜੀ ਸਾਲ 1.5 ਸਾਲ 'ਚ ਸਰਕਾਰ ਦੇ ਵਿੱਚ ਉਹ ਹੈਗੇ ਨੇ ਜੀ ਤੇ ਸਰਕਾਰ ਨਹੀਂ ਕਰ ਸਕੇ ਜੀ ਤੇ ਫਿਰ ਉਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਜਿਹੜੇ ਪਹਿਲਾਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਕੇ ਗਏ ਕਿ ਉਹਨਾਂ ਨੂੰ ਨਿੰਦੀ ਜਾਣ ਜੀ ਡੇਢ ਸਾਲ ਸਮਾਂ ਬਹੁਤ ਹੁੰਦਾ ਹੈ ਕਿ ਤੁਸੀਂ ਤੁਸੀਂ ਤਾਂ ਘੱਟੋ-ਘੱਟ ਇੰਨਾਂ ਚੀਜ਼ਾਂ ਨੂੰ ਠੀਕ ਕਰਦੇ ਦੂਜੇ ਠੀਕ ਨਹੀਂ ਕਰ ਸਕੇ ਤੇ ਲੋਕਾਂ ਨੇ ਠੀਕ ਕਰਤੇ ਤਾਂ ਜਿੱਥੇ-ਜਿੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਨੇ ਮੈਂ ਸੀਚੇਵਾਲ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜੀ ਇਹ ਪੁਲੀਆਂ ਥੋੜੀਆਂ ਨੇ ਪਾਣੀ ਆ ਗਿਆ ਬੇਥਾ ਸ਼ਾ ਜੀ ਤੇ ਹੁਣ ਨਿਕਲਣਾ ਥੋੜਾ ਪਿੱਛੋਂ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੈ ਤੇ ਫਿਰ ਬੰਨ੍ਹ ਤੇ ਟੁੱਟੇਗਾ ਜੀ ਤੇ ਪੁਲੀਆਂ ਪਾਉਣ ਦੀ ਕੀ ਸੀ ਸੀਚੇਵਾਲ ਸਾਹਿਬ ਤੇ ਉੱਥੇ ਸੰਗਤ ਦੇ ਸਹਿਯੋਗ ਨਾਲ ਵੀ ਬਹੁਤ ਵੱਡਾ ਕੰਮ ਕਰ ਸਕਦੇ ਸੀ ਹਾਂਜੀ ਕਿ ਲੰਮਾ ਚੌੜਾ ਨਹੀਂ ਸੀਗਾ ਤੇ ਇਹ ਤਾਂ ਫਿਰ ਜ਼ਿੰਮੇਵਾਰੀ ਬਣਦੀ ਹੈ ਨਾ ਸਰਕਾਰ ਦੀ ਕਿ ਜਿੱਥੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੋਚ ਕੇ ਚੱਲਣ ਦੀ ਜ਼ਰੂਰਤ ਹੈ ਕਿ ਭਈ ਸਾਡੇ ਜਿਹੜੇ ਬੰਨ੍ਹ ਆ ਉਹ ਅਸੀਂ ਪਹਿਲਾਂ ਹੀ ਮੌਨਸੂਨ ਤੋਂ ਪਹਿਲਾਂ ਉਹਨਾਂ ਨੂੰ ਮਜ਼ਬੂਤ ਕਰ ਲਈਏ ਜੀ ਕਿ ਉਹ ਇਲੀਗਲ ਮਾਈਨਿੰਗ ਹੁੰਦੀ ਸੀ ਉਹਨਾਂ ਨੂੰ ਰੋਕ ਲਈਏ ਤਾਂ ਗਲਤੀਆਂ ਤੇ ਹੈ ਨਾ ਹਾਂਜੀ ਹਾਂਜੀ ਇਹਦੇ ਚ ਕੌਣ ਮੁਨਕਰ ਹੋ ਸਕਦਾ ਜੀ ਜੀ ਬਿਲਕੁਲ ਬਿਲਕੁਲ ਜੀ ਇਧਰ ਉਹ ਗੁਰਸ਼ਪਜੀਤ ਜੀ ਕਰਿਆ ਜੀ 8 9 ਜਿਹੜਾ ਡਿਸਟ੍ਰਿਕਟ ਦੇ ਵਿੱਚ ਤਹੀ ਚੋਨਾ ਬਚਿਆ ਹੈ ਜੀ ਸਾਡੇ ਏਰੀਆ ਦੇ ਵਿੱਚ ਤੇ ਆਪਣਾ ਬਾਕੀ ਵਾਲੇ ਪਾਸੇ ਜਿਹੜਾ ਇਹਨਾਂ ਕੰਦਾਜ਼ਾ ਮੇਰਾ ਹੈ ਕਿ 8-9 ਜ਼ਿਲ੍ਹੇ ਬਚੇ ਹੋਣਗੇ ਬਾਕੀ ਜ਼ਿਲ੍ਹੇ ਪ੍ਰਭਾਵਿਤ ਹੈਗੇ ਬਾਕੀ ਜ਼ਿਲ੍ਹੇ ਪ੍ਰਭਾਵਿਤ ਹੋ ਗਏ ਜੀ ਬਿਲਕੁਲ ਜੀ ਕਿਤੇ ਥੋੜੇ ਹੋਏ ਕਿਤੇ ਜ਼ਿਆਦਾ ਹਾਂ ਜੀ ਹਾਂ ਜੀ ਹਾਂ ਜੀ ਲਾਲੇ ਜੀ ਕਹਿੰਦੇ ਨਾਬੇ ਰਖੜਾ ਨਹਿਰ ਆਪਣਾ ਨੇੜੇ ਵੀ ਪਾੜ ਪੈਗਾ ਜੀ ਕਈ ਪਿੰਡਾਂ ਦੀ ਫਸਲ ਹੈ ਜਿਹੜੀ ਬਰਬਾਦ ਹੋ ਗਈ ਰਾਤੀ ਤੇ ਇਸ ਤੋਂ ਬਾਅਦ ਪੋਜ਼ਿਟਿਵਿਟੀ 에ਵਰੀਵੇਅਰ ਕਹ ਰਹੇ ਜੀ ਸਰਾਂਦੇ ਵਿੱਚ ਤਾਂ 5-6 ਦਿਨ ਹੀ ਪਾਣੀ ਉਤਰਦਾ ਮਿੰਟੂ ਜੀ ਪਾਣੀ ਪਾਣੀ ਖੜਾ ਹਰ ਪਾਸੇ ਜੀ ਕਹਿੰਨੇ ਤੇ ਫਿਰ ਬਹੁਤ ਔਖਾ ਹੋ ਜਾਏਗਾ ਨਾ ਜਿਹੜਾ ਝੋਨਾ ਜੀ ਥੋੜਾ ਬਹੁਤਾ ਹਾਂਜੀ ਤੇ ਫਿਰ ਤੇ ਸਰਵਾਈਵਲ ਦੀ ਬੜੀ ਉਮੀਦ ਰਹਿੰਦੀ ਆ ਜੀ ਜੋ ਸਾਰਾ ਡੁੱਬ ਜਾਵੇ ਨਾ ਜੀ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਸੜ ਜਾਏਗਾ ਬਿਲਕੁਲ ਬਿਲਕੁਲ ਜੀ ਇਧਰੋਂ ਬਲਜਿੰਦਰ ਗਿੱਲ ਜੀ ਮਿੰਟੂ ਜੀ ਕਹਿੰਦੇ ਜੀ ਅਸੀਂ 6 ਕਨਾਲਾਂ ਦੇ ਵਿੱਚ 1509 ਦੀ 9 ਤੇ 126 ਪਨੀਰੀ ਲਾ ਰਹੇ ਆ ਜੀ ਨੁਕਸਾਨ ਹੋਈ ਲੋਕਾਂ ਦੀ ਜਿੰਨੀ ਹੈਲਪ ਹੋ ਸਕੇ ਕਰਾਂਗੇ ਇਹ ਬਹੁਤ ਇਹ ਸਭ ਤੋਂ ਵੱਡਾ ਪੁੰਨ ਜਿਆ ਇਸ ਦੇ ਲਈ ਦੂਜੇ ਨੇ ਵੀ ਕਹਿੰਦੇ ਅਪੀਲ ਕਰੋ ਜੀ ਜਿਨ੍ਹਾਂ ਦੇ ਕੋਲ ਥੋੜੀ ਥੋੜੀ ਜ਼ਮੀਨ ਵੀ ਖਾਲੀ ਹੋਵੇ ਤਾਂ ਪਨੀਰੀ ਵਿਚ ਜਾ ਬਿਲਕੁਲ ਬਿਲਕੁਲ ਜਿੱਥੇ ਬਚੀ ਹੈ ਜ਼ਮੀਨ ਪਨੀਰੀ ਬੀਜ ਦਿਓ ਤੁਸੀਂ ਆਪ ਵੀ ਨਹੀਂ ਲਾਉਣਾ ਤਾਂ ਕੋਈ ਚੱਕਰ ਨਹੀਂ ਹੈਗਾ ਕੋਈ ਲੈ ਜਾਏਗਾ ਜੀ ਤਾਂ ਦੇਖੋ ਕਿਸੇ ਦਾ ਸਮਾਂ ਬਚ ਜਾਵੇ ਕਿਸੇ ਦੀ ਇਹ ਵਿਪਤਾ ਜਿਹੜੀ ਹੈ ਉਹ ਟਲ ਜਾਵੇ ਕਿਉਂਕਿ ਆਪੇ ਟਲ ਜੂਗੀ ਜੇ ਮੰਨ ਲਓ ਥੋੜੇ ਘਾਟੇ 'ਚ ਜੀ ਬੰਦਾ ਫੇਰ ਦੁਬਾਰਾ ਲਈ ਤੇ ਆ ਜਾਂਦਾ ਜੀ ਤੇ ਉਹਦੇ ਨਾਲ ਦੀ ਰੀ ਸੀ ਕੀ ਬਹੁਤ ਅੱਛੀ ਸੋਚ ਹੈ ਨਦੀਮ ਮੈਂ ਤੇ 100 ਸਲੂਕ ਕਰਦਾ ਇਹਨਾਂ ਦੀ ਸੋਚ ਨੂੰ ਬਿਲਕੁਲ ਬਿਲਕੁਲ ਇਦਾਂ ਹੋਰ ਵੀ ਲੋਕਾਂ ਨੂੰ ਵਕੀਲ ਬਿਲਕੁਲ ਹਾਂ ਰਲ ਮਿਲ ਕੇ ਅਸੀਂ ਹੈਲਪ ਕਰ ਸਕਦੇ ਹਾਂ ਕਿ ਸਰਕਾਰ ਤੋਂ ਹੁਣ ਇੱਕਦਮ ਕੀ ਕੁਝ ਕਰੇਗੀ ਜੀ ਉਹ ਤਾਂ ਇਹੀ ਹੈ ਕਿ ਚਲੋ ਨਗਦ ਕੁਝ ਹੈਲਪ ਕਰ ਦੇਵੇ ਜੀ ਤੇ ਕੁਝ ਇਸ ਤਰ੍ਹਾਂ ਲੋਕ ਹੈਲਪ ਕਰ ਦੇਣ ਜੀ ਤੇ ਮੇਰੇ ਖਿਆਲ ਨਾਲ ਬਹੁਤ ਕੁਝ ਹੋਏਗਾ ਤੇ ਇਹ ਵੀ ਹੈ ਕਿ ਦੇਖੋ ਪੀਏਯੂ ਦੀ ਬਹੁਤ ਜ਼ਮੀਨ ਪਈ ਆ ਹਾਂਜੀ ਵੱਧੂ ਜ਼ਮੀਨ ਪਈ ਆ ਉਹਨਾਂ ਨੂੰ ਚਾਹੀਦਾ ਕਿ ਜਿੱਥੇ ਉਹ ਕਰ ਸਕਦੇ ਉਹ ਵੀ ਕਰ ਦੇਣ ਤੇ ਜਿਹੜੇ ਨਰੇ ਚਾਹੇ ਥੋੜਾ ਬਹੁਤਾ ਕੋਈ ਉਦੇ ਤੇ ਰੱਖ ਲੈਣਾ ਥੋੜਾ ਬਹੁਤਾ ਹਾਂ ਕੁਛ ਨਾ ਕੁਛ ਚਲੋ ਆਪ ਦਾ ਖਰਚਾ ਬਚਾ ਕੱਢਣਾ ਕੱਢ ਲਓ ਤਾਂ ਮਤਲਬ ਕਿ ਉਹ ਲੋਕਾਂ ਨੂੰ ਹੈਲਪ ਕਰ ਦਿਓ ਇਹਦੇ ਨਾਲ ਜਿਹੜੇ ਡਿਸਟ੍ਰਿਕਟ ਦੇ ਉੱਤੇ ਮੇਰੇ ਖਿਆਲ ਨਾਲ ਹੈੱਡ ਕੁਆਰਟਰ ਨੇ ਖੇਤੀਬਾੜੀ ਦੇ ਮਿੰਟੂ ਜੀ ਹੈਗੀਆਂ ਜ਼ਮੀਨਾਂ ਹੈਗੀਆਂ ਨੇ ਆਪਣੇ ਕੋਲ ਹੈਗੀਆਂ ਨੇ ਜ਼ਮੀਨਾਂ ਹੈਗੀਆਂ ਨੇ ਮੈਂ ਉਹੀ ਕਹਿ ਰਿਹਾ ਕਿ ਉੱਥੇ ਜਿੱਥੇ ਇਸ ਤਰ੍ਹਾਂ ਬਚਤ ਹੈਗੀ ਆ ਉੱਥੇ ਤੁਸੀਂ ਵੀ ਇਦਾਂ ਦੀ ਹੈਲਪ ਕਰ ਸਕਦੇ ਹੋ ਹਾਂਜੀ ਹਾਂਜੀ ਬੜੀ ਚੰਗੀ ਗੱਲ ਹੈ ਇਹ ਬਹੁਤ ਇਹਨਾਂ ਥੋੜੀ ਥੋੜੀ ਵੰਡਵੀ ਵੰਡਵੀ ਕਰਕੇ ਦੇ ਦੇਣ ਉਹਦੇ ਨਾਲ ਕੁਝ ਨਾ ਕੁਝ ਤਾਂ ਚੱਲੇਗਾ ਹਾਂਜੀ ਹਾਂਜੀ ਦਰਦ ਵੰਡਾਇਆ ਜਾਂਦਾ ਇਹਦੇ ਨਾਲ ਲੋਕ ਇਸ ਤਰ੍ਹਾਂ ਦੇ ਨੇਕ ਲੋਕ ਜਿੱਥੇ ਹੋਣ ਮੈਨੂੰ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਦੀਵਾ ਦੀ ਕਿ ਇਸ ਤਰ੍ਹਾਂ ਦੀ ਨੇਕੀ ਜਿੱਥੇ ਜ਼ਿੰਦਾ ਉੱਥੇ ਫਿਰ ਹੋਰ ਵੀ ਨੇਕੀ ਵੱਧਦੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਆਪਣਾ ਸੁਖਾ ਰਾਏ ਕਹ ਰਿਹਾ ਫਿਰੋਜ਼ਪੁਰ ਦੇ ਵਿੱਚ ਤਾਂ 50% ਹੋ ਗਿਆ ਜੀ ਤੇ ਨਵਦੀਪ ਜੀ ਕਹ ਰਿਹਾ ਸਾਡੇ ਮਾਨ ਫਿਰੋਜ਼ਪੁਰ 50% 50% ਦੀ ਦੱਸ ਰਿਹਾ ਹੈ ਫਿਰੋਜ਼ਪੁਰ ਦਾ ਇਹ ਆ ਨਾ ਕਿ ਮਾਨਸਾ ਉਹ ਮਤਲਬ ਕਿ ਇਹ ਨਹਿਰਾ ਜੜੀਆਂ ਨੇ ਉਹ ਐ ਟੇਢੀਆਂ ਜਿਹਾ ਨਿਕਲ ਆਉਂਦੀਆਂ ਫਰੀਦਕੋਟ ਨੂੰ ਜੀ ਤੇ ਜਿਹੜਾ ਫਿਰ ਪਰਲੇ ਪਾਸਿਓਂ ਆਉਂਦਾ ਪਾਣੀ ਜਿਹੜਾ ਜਿਵੇਂ ਹੁਸੈਨੀ ਵਾਲੇ ਪਾਸਿਓਂ ਆ ਗਿਆ ਜਾਂ ਉਧਰੋਂ ਬੈਕ ਮਾਰ ਗਿਆ ਉਹ ਉਹ ਇਹ ਸਾਰਾ ਏਰੀਆ ਜਿਹੜਾ ਨਾ ਉਹ ਡੁੱਬ ਜਾਂਦਾ ਹੈ। ਉਹ ਫਿਰ ਆ ਲੱਗਦਾ ਜੇ ਮਤਲਬ ਕਿਸੇ ਤਰ੍ਹਾਂ ਰਵੇ ਤੇ ਉਹ ਆਪਣੇ ਇਥੇ ਫਾਜਲ ਕਾ ਲੱਗਦਾ ਹੈ। ਹਾਂਜੀ। ਜਲਾਲਾਬਾਦ ਫਾਜਲ ਕਾ ਲੱਗਦਾ ਬਿਲਕੁਲ 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 ਜੀ। ਇਹਨਾਂ ਨੂੰ ਇਹ ਮਾਰ ਪੈਂਦੀ ਹੈ ਨਾ ਕਿਉਂਕਿ ਨਹਿਰਾਂ ਦੀ ਤੇ ਫਿਰ ਡਾਫ ਲੱਗ ਗਈ ਨਾ ਅੱਗੇ। ਹਾਂਜੀ। ਨਹਿਰਾ ਤੋਂ ਦੂਜੇ ਪਾਸੇ ਦਾ ਏਰੀਆ ਜਿਹੜਾ ਉਹ ਫਰੀਦਕੋਟ ਤੱਕ ਉਹ ਮਾਰਿਆ ਜਾਂਦਾ ਕਈ ਵਾਰ। ਉਹ ਫਰੀਦਕੋਟ ਦਾ ਕੁਝ ਏਰੀਆ ਜਿਹੜਾ ਜੀ। ਤੇ ਗਾਂ ਫਿਰ ਜੇ ਆਪਾਂ ਦੇਖੀਏ ਜਿੱਦਾਂ ਹੁਣ ਫਿਰ ਬਠਿੰਡਾ ਜਾਂ ਮਾਨਸਾ ਇਹ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਕਾਲੋ ਕੀ ਓਟ ਰਹਿੰਦੀ ਆ ਗਾ ਪਾਣੀ ਨਹੀਂ ਆਉਂਦਾ ਜੀ ਬਹੁਤ ਜਗ੍ਹਾ ਤੇ ਫੁੱਡਾਫ ਬਣ ਜਾਂਦੇ ਜਿਵੇਂ ਹੁਣ ਆਪਣਾ ਏਰੀਆ ਆਪਣੇ ਏਰੀਆ ਚ ਫੇਰ ਉਹ ਨਹਿਰਾ ਆ ਗਿਆ ਬਹੁਤ ਉਚਾਈ ਤੇ ਚਲੀਆਂ ਜਾਂਦੀਆਂ ਨੇ ਉਹ ਜੀ ਤਾਂ ਇੱਕ ਇੱਕ ਬੜਾ ਵੱਡਾ ਏਰੀਆ ਜਿਹੜਾ ਬਚ ਜਾਂਦਾ ਖਬਰ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਹਦੇ ਨਾਲ ਚੌਧਰੀ ਸਾਹਿਬ ਕਰੇ ਜੀ ਕਿਸਾਨ ਦੀ ਇੱਕ ਫਸਲ ਮਰ ਜਾਏ ਤਾਂ ਮਿੰਟੂ ਜੀ 10 15 ਸਾਲ ਪਿੱਛੇ ਚਲਾ ਜਾਂਦਾ ਪਰ ਇੱਥੇ ਤੱਕ ਕਹਿੰਨੇ ਕਿ ਫਸਲਾਂ ਦੇ ਫਸਲੇ ਮਰ ਰੰਗਾ ਨਹੀਂ ਜੀ ਕਹਿੰਨੇ ਅਸੀਂ ਦੇਖਿਆ ਆਪਣੇ ਬਾਪ ਨੂੰ ਲੋਕ ਲੋਕ ਕੇ ਰੋਂਦੇ ਆ ਜੀ ਸਾਡੇ ਇਧਰ ਨਰਮਾ ਕਈ ਸਾਲ ਹੀ ਨਹੀਂ ਹੋਇਆ ਜੀ ਤੁਸੀਂ ਇੱਕ ਫਸਲ ਨੂੰ ਕਹਿੰਨੇ ਹੋ ਜੀ ਇੱਥੇ ਇਸ ਏਰੀਆ 'ਚ ਜਿੱਥੇ ਅਸੀਂ ਜੰਮੇ ਪਲੇ ਆ ਇੱਥੇ ਸਰਦਾਰੀ ਸੀ ਕਿਸੇ ਟਾਈਮ ਜੀ ਦੇਸੀ ਨਰਮੇ ਹੁੰਦੇ ਸਨ ਜੀ ਝੂੜੜਾਂ ਵਾਲਾ ਵੀ ਬੜਾ ਮਸ਼ਹੂਰ ਸੀਗਾ ਜੀ ਬੜਾ ਹੀ ਨਰਮਾ ਝੜਦਾ ਸੀ ਅਚਾਨਕ ਫਿਰ 95 96 ਚ ਆ ਕੇ ਅਮਰੀਕਨ ਸੁੰਡੀ ਤੇ ਉਧਰੋਂ ਸੇਮ ਦੋਨੇ ਚੀਜ਼ਾਂ ਟੁੱਟ ਪਈਆਂ ਜੀ ਤੇ ਫਿਰ ਜੋ ਹਾਲ ਹੋਇਆ ਸਾਡੇ ਇੱਕ ਮਿੱਤਰ ਸਨ ਮਾਨ ਸਾਹਿਬ ਉਹ ਹਾਲੇ ਤੁਸੀਂ ਵੀ ਜਾਣਦੇ ਹੋ ਮੇਰੇ ਦੋਸਤ ਨੇ ਉਹਨਾਂ ਦੀ 20 25 ਕਿੱਲੇ ਜ਼ਮੀਨ ਹਾਲੇ ਵੀ ਸੇਮ ਚ ਡੁੱਬ ਜਾਂਦੀ ਆ ਹਰ ਵਾਰੀ ਸੇਮ ਨਾਲ ਹਰ ਵਾਰੀ ਡੁੱਬਦੀ ਆ 60 ਕਿੱਲੇ ਆਲਾ ਸੀ ਦੇਖਿਆ ਪਰਿਵਾਰ ਜਿਹੜਾ ਕਿ ਮਤਲਬ ਕਿ ਆਪਣੇ ਰਿਸ਼ਤੇਦਾਰਾਂ ਤੋਂ ਦਾਣੇ ਲੈ ਕੇ ਆਉਂਦਾ ਸੀ ਤੇ ਸਾਡੇ ਅਰਗੇ ਤੇ ਜਿਹੜੇ ਗਰੀਬ ਸੀਗੇ ਤੋਂ ਤਰਗੜੇ ਜਾਣੇ ਸੀਗੇ ਤੋਂ ਉਹ ਹਰੇਕ ਸਾਲ ਹੁਣ ਉਹਦੇ ਤੇ ਬੀਜੋਂਗੇ ਕੀ ਪਹਿਲੀ ਤੇ ਜੀ ਉਹ ਤੋਂ ਝੋਨੇ ਤੋਂ ਹੁੰਦੇ ਨਹੀਂ ਸਨ ਜੀ ਤੇ ਜਿੱਥੇ ਮਤਲਬ ਕਿ ਸੇਮ ਉਹ ਵੀ ਮਰੇ ਤੇ ਜਿੱਥੇ ਪਾਣੀ ਜਿਵੇਂ ਉਹ ਟੈਲਾਂ ਤੇ ਸੀਗਾ ਸਾਡਾ ਪਿੰਡ ਉਥੇ ਪਾਣੀ ਨਹੀਂ ਸੀ ਆਉਂਦਾ ਨਹਿਰੀ ਜੀ ਉਹ ਉਹ ਵੀ ਮਰ ਗਿਆ ਜੀ ਤੇ ਉਤੋਂ ਅਮਰੀਕਨ ਸੁਢੀ ਜੀ ਉਹਨੇ ਕਈ ਸਾਲ ਫਸਲ ਹੋਣ ਹੀ ਨਹੀਂ ਦਿੱਤੇ ਹਾਂਜੀ ਤੇ ਲੋਕ ਉਹੋ ਉਹਨਾ ਟਾਈਮਾਂ ਚ ਫਿਰ ਵੀ ਚਲੋ ਆਪਾਂ ਇੱਕ ਦੇਖੀਏ ਨਾ ਥੋੜਾ ਫਰਕ ਸੀ ਕਿ ਕੁੜੀਆਂ ਜਿਹੜੀਆਂ ਉਹ ਟਰੈਕਟਰ ਲੈ ਲੈਣਾ ਨਾ ਨੰਬਰਾਂ ਤੇ ਉਹ ਲਿਆ ਕੇ ਮਲੋਟ ਦੀ ਮੰਡੀ ਚ ਵੇਚਦੇ ਨਾ ਉਹ ਲੋਟ ਮੰਡੀ ਬੜੀ ਲੱਗਦੀ ਹੁੰਦੀ ਸੀ ਟਰੈਕਟਰਾਂ ਦੀ ਹਾਂ ਇਹ ਬੜਾ ਕੰਮ ਚੱਲਿਆ ਸੀਗਾ ਉਹ ਉੱਥੇ ਲਿਆ ਕੇ ਟਰੈਕਟਰ ਸੇਲ ਕਰ ਦੇਣਾ ਨਵਾਂ ਲਿਆ ਕੇ ਕੋਈ 50000 60000 ਕੋਈ ਕਾਟਾ ਖਾ ਕੇ ਤੇ ਨਾਲੇ ਉਹ ਰੋਂਦਿਆਂ ਨੇ ਵੇਚਣਾ ਨਾਲੇ ਹੱਸਦਿਆਂ ਨੇ ਤੁਰੇ ਹੋਣਾ ਵਿਚਾਲੇ ਇਹਨੇ ਨਾਲ ਕੁੜੀ ਦੇ ਵਹੀ ਜਾਉਗੇ ਆ ਆ ਦੌਰ ਦੇਖਿਆ ਸੀ ਤੇ ਜਿਹੜੀ ਨਿੱਕੀ ਕਿਸਾਨੀ ਸੀ ਇਹ ਤੋਂ ਕੁਝ ਵੀ ਨਹੀਂ ਸੀ ਕਰ ਸਕਦੇ ਉਹ ਬਸ ਰੋ ਕੇ ਆ ਜਾਂਦੇ ਸੀਗੇ ਨਰਮਾ ਬੀਜਣਾ ਨਰਮਾ ਖਾ ਲੈਣਾ ਨਰਮਾ ਬੀਜਣਾ ਨਰਮਾ ਸੁੰਡੀ ਨੇ ਖਾ ਲੈਣਾ ਜੀ ਸੋ ਇਹ ਤਾਂ ਸਾਨੂੰ ਪਤਾ ਹੈ ਜੀ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਇੱਕ ਸਮਾਂ ਮਰ ਜਾਵੇ ਤੇ ਬਹੁਤ ਬਹੁਤ ਨੁਕਸਾਨ ਹੁੰਦਾ ਹੈ ਇੱਕ ਕਿਸਾਨ ਦਾ ਜੀ ਜੀ ਬਿਲਕੁਲ ਬਿਲਕੁਲ ਜੀ ਇਧਰੋਂ ਡਾਕਟਰ ਕੁਲਾਰ ਜੀ ਨੇ ਜੀ ਕੁਲਰ ਜੀ ਮਾਫ ਕਰਨਾ ਇਹ ਮਿੰਟੂ ਜੀ ਕਹਿੰਦੇ ਕਿ ਹੜਾਂ ਦਾ ਪਾਣੀ ਜਦੋਂ ਉਤਰੇਗਾ ਨਾ ਉਸ ਤੋਂ ਬਾਅਦ ਵੱਡੇ ਪੱਧਰ ਤੇ ਉੱਤੇ ਪਸ਼ੂਆਂ ਤੇ ਬੰਦਿਆਂ ਨੂੰ ਕਹਿੰਦੇ ਕਿ ਜਿਸ ਚਮੜੀ ਚਮੜੀ ਦਾ ਰੋਗ ਹੈ ਜਿਹੜਾ ਉਹ ਮਾਰੀ ਫੈਲਦੀ ਹੈ ਹਾਂਜੀ ਸਹੀ ਹੈ ਇਹਨਾਂ ਦੀ ਗੱਲ ਇਹ ਇਹ ਗੱਲ ਸਹੀ ਹੈ ਇਹਨਾਂ ਦੀ ਕਿਉਂਕਿ ਉਦੋਂ ਹੁਣ ਦੇਖੋ ਨਾ ਅੰਦਰੇ-ਅੰਦਰ ਹੀ ਗੱਲ ਸੜ ਜਾਣਾ ਬਹੁਤ ਕੁਝ ਤੇ ਉਹ ਜਿਵੇਂ ਜਿਵੇਂ ਸੰਪਰਕ ਚਾਹਣਗੇ ਤਾਂ ਉਹ ਬਿਲਕੁਲ ਇਹ ਜਿਹੜੀ ਕੱਲ ਵੀ ਆਪਾਂ ਗੱਲ ਕਰਦੇ ਸਾਂ ਜੀ ਕਿ ਸਭ ਤੋਂ ਪਹਿਲੀ ਤਾਂ ਜਿਹੜੀ ਇਸ ਵੇਲੇ ਹੋਣੀ ਚਾਹੀਦੀ ਆ ਇਹਨਾਂ ਦੀ ਪ੍ਰਾਇੋਰਟੀ ਉਹ ਇਹੋ ਆ ਕਿ ਭਈ ਦਵਾਈ ਦੱਪਾ ਤੇ ਤਿਆਰ ਕਰਨਾ ਨਾ ਆਪਣਾ ਜੀ ਜਮਾ ਕਰ ਲੈਣਾ ਜਿੱਥੇ ਜਿੱਥੇ ਲੋਕ ਜ਼ਿਆਦਾ ਪ੍ਰਭਾਵਿਤ ਨੇ ਉੱਥੇ ਹੁਣ ਤੋਂ ਹੀ ਦਵਾਈਆਂ ਜਿਹੜੀਆਂ ਭੇਜਣੀਆਂ ਸ਼ੁਰੂ ਕਰਨਾ ਜੀ ਬਿਲਕੁਲ ਤਾਂ ਜੋ ਪਰ ਇਹ ਆ ਕਿ ਦੇਖੋ ਕੁਝ ਬੰਦੇ ਤੇ ਇਹਨਾਂ ਦੇ ਚੰਗੇ ਨੇਕ ਨੀਤੀ ਨਾਲ ਕੰਮ ਕਰਦੇ ਪਏ ਨੇ ਤੇ ਕੁਝ ਉਹ ਦੇਖਿਆ ਤੁਸੀਂ ਫੋਟੋਗ੍ਰਾਫਰ ਲਈ ਫਿਰਦੇ ਨੇ ਕਿ ਉਹਨਾਂ ਨੇ ਲਿਸ਼ਕ ਵਿੱਚ ਪਜਾਮੇ ਪਾਏ ਆ ਕੀ ਪੈ ਕਰਦੇ ਨੇ ਉਹ ਘੇਲੀ ਫੜ ਕੇ ਫੋਟੋਆਂ ਖਿਚਾ ਰਹੇ ਨੇ ਯਾਰ ਤੁਸੀਂ ਕਰ ਕੀ ਰਹੇ ਹੋ ਕਿਸ ਤਰ੍ਹਾਂ ਦੇ ਬੰਦੇ ਕਿ ਕਿਸ ਕਿਸ ਗ੍ਰਹਿ ਦੇ ਪ੍ਰਾਣੀਓ ਤੁਸੀਂ ਤੁਹਾਨੂੰ ਲੋਕਾਂ ਦੀ ਅਸੀਂ ਹੁਣ ਦੇਖੋ ਆਪਾਂ ਚਲੋ ਆਪਣਾ ਇਲਾਕਾ ਲੈ ਬਚਿਆ ਤੇ ਅਸੀਂ ਤੇ ਉਥੋਂ ਦੀਆਂ ਤਸਵੀਰਾਂ ਵੇਖ ਕੇ ਯਾਰ ਕਿੰਨਾ ਡਰ ਜਾਂਦੇ ਆ ਕਿ ਯਾਰ ਉਹਨਾਂ ਦਾ ਹਾਲ ਕੀ ਹੋਏਗਾ ਕਲਪਰਾਇਆ ਸਾਹਿਬ ਦੀ ਗੱਲ ਕੀਤੀ ਸੀ ਵੀ ਟਰੈਕਟਰ ਲੈ ਕੇ ਆਪ ਫਿਰਦੇ ਅੱਗੇ ਪੂਰੇ ਹੋਏ ਵਧੀਆ ਗੱਲ ਹੈ ਬਲੀ ਅੱਛੀ ਗੱਲ ਹੈ ਉਹਨਾਂ ਨੇ ਫੋਟੋਆਂ ਲੈ ਕੇ ਖਚਾਉਂਦੇ ਫਿਰਦੇ ਤੇ ਕਈ ਇਕੱਲੇ ਉਹ ਬਸ ਉੱਥੇ ਪਾਣੀ 'ਚ ਢੀੜਾ ਕੱਢ ਕੇ ਉਹ ਇੱਕ ਐਮਐਲਏ ਆ ਰਿੜਿਆ ਜਾਂਦਾ ਢਾਲ ਤੋਂ ਤੇ ਦੋ ਐ ਖੜੇ ਆ ਮੈਂ ਆਖਾ ਵੀ ਇਹ ਹੁਣ ਬਿਨਾ ਬ੍ਰੇਕਾਂ ਤੋਂ ਹੋ ਜਾਏ ਤੇ ਦੋ ਉਹ ਵੀ ਤੇ ਤਿੰਨੇ ਜਾਣ ਵਿੱਚ ਤੇ ਇਹਨਾਂ ਨੂੰ ਘੱਟੋ ਘੱਟ ਅਹਿਸਾਸ ਤੇ ਹੋਵੇ ਨਾ ਕਿ ਪਾਣੀ ਚ ਡੁੱਬਾ ਕੀ ਹੁੰਦਾ ਹੈ ਜੀ ਉਹ ਮਤਲਬ ਕਿ ਆਹ ਹਾਲ ਬਣਿਆ ਪਿਆ ਕਿ ਤੁਸੀਂ ਹਾਲੇ ਵੀ ਫਿਲਮੀ ਐਕਟਰਾਂ ਵਾਂਗੂ ਫੋਟੋ ਸੈਸ਼ਨ ਹੀ ਕਰੀ ਜਾਂਦੇ ਹੋ ਜੀ ਜਿਹੜੇ ਚੰਗੇ ਕੰਮ ਕਰਦੇ ਚੰਗੇ ਮੈਂ ਆ ਦੇਖ ਰਿਹਾ ਸੀਗਾ ਉਹ ਇੱਕ ਲੁਧਿਆਣੇ ਵਾਲਾ ਹੈਗਾ ਨਾ ਪੱਪੀ ਭਾਜੀ ਐਮ ਐਲ ਏ ਉਹ ਬੰਦਾ ਇਸ ਕੋਲੋਂ ਠੀਕ ਹੈ ਹਾਂ ਉਹ ਮੀਂਹ ਦੇ ਵਿੱਚ ਭਿੱਜੇ ਫਿਰਦੇ ਸੀ ਦੇਖਿਆ ਗੰਦੇ ਨਾਲੇ ਦੇ ਪਾਣੀ ਚ ਹੀ ਵੜਬੜ ਗਿਆ ਇਹ ਠੀਕ ਆ ਸਿਆਸਤਦਾਨ ਨੇ ਉਹਨਾਂ ਨੇ ਸਿਆਸਤ ਵੀ ਕਰਨੀ ਹੈ ਲੋਕਾਂ ਨੂੰ ਦਿਖਾਉਣਾ ਵੀ ਹੈ ਪਰ ਐਟ ਲੀਸਟ ਕਿ ਘੱਟੋ-ਘੱਟ ਕੁਝ ਲੋਕਾਂ ਨੂੰ ਫਾਇਦਾ ਤਾਂ ਦੇ ਰਿਆ ਤੇ ਇੱਕ ਉਪਰਾਂ ਲੁਧਿਆਣੇ ਇੱਕ ਉਹ ਵੀ ਲੁਧਿਆਣੇ ਦਾ ਐਮ.ਐਲ.ਏ ਇਹਨਾਂ ਦੀ ਪਾਰਟੀ ਦਾ ਉਹਨੂੰ ਉਥੇ ਉਹ ਜਿਹੜਾ ਹੈਗਾ ਪਰਾਂ ਤਾਜਪੁਰ ਰੋਡ ਵਾਲੀ ਸਾਈਡ ਉਥੇ-ਉਥੇ ਲੋਕ ਗਾਲਾਂ ਪੈ ਕੱਢਦੇ ਸੀਗੇ ਰਾਤ ਨੂੰ ਜਾਣਾ ਪਿਆ ਉਹਨਾਂ ਖਿਆ ਸੀ ਭੁੱਖੇ ਮਰ ਗਏ ਆ ਤੇ ਤੂੰ ਰਜ ਕੇ ਰੋਟੀਆਂ ਨਾਲ ਸੁੱਤਾ ਪਿਆ ਉੱਠ ਜੀ ਤੇ ਫਿਰ ਜਾਣਾ ਪਿਆ ਉਹ ਕਹਿੰਦੇ ਕਿ ਸਾਨੂੰ ਤੇ ਰੋਟੀ ਵੀ ਨਹੀਂ ਪਹੁੰਚੀ ਜੀ ਕਈ ਥਾਈ ਗੁਰੂ ਘਰਾਂ ਚੋਂ ਰੋਟੀ ਗਈ ਆ ਹਾਂਜੀ ਪ੍ਰਸ਼ਾਸਕੀ ਪੱਧਰ ਤੇ ਕੋਈ ਉਥੇ ਇੰਤਜ਼ਾਮ ਨਹੀਂ ਹੋ ਸਕੇ ਤੇ ਇਹ ਤਾਂ ਸਾਡੀ ਫੇਲੀਅਰ ਹੈ ਨਾ ਕਿ ਖੜੇ ਪੈਰ ਅਸੀਂ ਫੂਡ ਦਾ ਇੰਤਜ਼ਾਮ ਵੀ ਨਹੀਂ ਕਰ ਰਹੇ ਜਿੱਥੇ ਟਣਾ ਮੂਹੀ ਅਨਾਜ ਪਿਆ ਰਹਿੰਦਾ ਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਖੁਸ਼ਟਲੋਂ ਕਹ ਰਹੇ ਸੀ ਮਿੰਟੂ ਜੀ ਕਹਿੰਦੇ ਕਿ ਮੇਰੇ ਕੋਲੇ ਵੀ 6 5-6 ਕਿੱਲਿਆਂ ਦੀ ਪਨੀਰੀ ਪਈ ਹੋਈ ਆ ਜੀ ਨਾਲ ਬਲਵੀਰ ਖਿਚਰ ਜੀ ਕਹ ਰਹੇ ਡੱਬਾ ਵਾਲੀ ਲੱਗ ਗਿਆ ਮੇਰੇ ਕੋਲੇ ਬਾਈ ਸਾਰੇ ਜਾਣੇ ਗੱਲ ਇਹ ਇੱਕ ਤਾਂ ਥੋੜਾ ਜਿਹਾ ਹੌਸਲਾ ਰੱਖੋ ਸੰਭਾਲ ਕੇ ਰੱਖੋ ਪਨੀਰੀ ਨਾ ਵੇ ਕਿ ਬੇ ਜਲਦੀ ਵਾਧੇ ਦੂਜੀ ਗੱਲ ਮੇਰੇ ਖਿਆਲ ਨਾਲ ਬਾਈ ਸੋਸ਼ਲ ਮੀਡੀਆ ਦਾ ਸਾਰਾ ਵੀ ਲਾਓ ਨੇੜੇ ਇਲਾਕੇ ਦੇ ਕੋਈ ਮਤਲਬ ਕਿ ਜਿਸ ਇਲਾਕੇ ਚ ਲੋੜ ਹੈ ਤਾਂ ਉੱਥੇ ਉਹ ਗੱਲ ਪਹੁੰਚ ਜਾਵੇ ਤੇ ਹਾਂ ਜੀ ਹਾਂ ਸੋਸ਼ਲ ਮੀਡੀਆ ਤੇ ਪੋਸਟ ਵਗੈਰਾ ਸ਼ੇਅਰ ਕਰਦੇ ਰਹੋ ਨੰਬਰ ਵਗੈਰਾ ਸ਼ੇਅਰ ਕਰਦੇ ਰਹੋ ਉਹਦੇ ਨਾਲ ਕੁਛ ਤੇ ਇਸ ਤੋਂ ਬਾਅਦ ਜੀ ਕਹਿੰਦੇ ਕਿ ਜੀ ਨਰਮੇ ਦਾ ਵੀ ਬੜਾ ਬੁਰਾ ਹਾਲ ਹੈ ਸਤਵੀਰ ਜੀ ਕਹਿ ਰਿਹਾ ਤਿੰਨ ਚਾਰ ਸਾਲ ਹੋ ਗਏ ਨਰਮੇ ਦੀ ਫਸਲ ਨਹੀਂ ਹੋਈ ਆ ਫਿਰ ਉਹੀ ਦੌਰ ਆ ਗਿਆ ਉਹੀ ਦੌਰ ਆ ਗਿਆ ਜੀ ਕੁਝ ਇਲਾਕਿਆਂ ਚ ਨਾ ਇਹ ਬੜੀ ਉਹ ਲਾਲ ਜੀ ਸੁੰਡੀ ਪੈਂਦੀ ਆ ਤੇ ਖਤਮ ਕਰ ਦਿੰਦੀ ਆ ਜੀ ਆ ਡਬਲੀ ਢਾਬ ਵੀ ਇੱਕ ਦਿਨ ਵਾਇਆ ਇੱਕ ਮੁੰਡੇ ਨੇ ਦੋ ਕਿਨੇ ਵਾ ਦਿੱਤਾ ਹਾਂਜੀ ਤੇ ਐ ਨਰਮਾ ਇਥੋਂ ਤੱਕ ਹੋਇਆ ਗੁੱਡੇ ਗੁੱਡੇ ਨਰਮਾ ਆ ਜਾਂਦਾ ਤੇ ਹੁਣ ਉਹਨੂੰ ਵਾਉਣਾ ਜੀ ਦੇਖੋ ਕਿੰਨੀ ਇਹ ਵੀ ਸਤਮ ਸ਼ਰੀਫੀ ਹੈ ਨਾ ਸਮੇਂ ਦੀ ਜੀ ਤੇ ਨਰਮੇ ਵਾਸਤੇ ਤੇ ਮੈਨੂੰ ਲੱਗਦਾ ਕਿ ਹੁਣ ਉਹ ਸਮਾਂ ਪਹੁੰਚ ਗਿਆ ਹੈ ਨਰਮਾ ਲੋਕਾਂ ਨੇ ਇੱਕ ਦੋ ਵਾਰੀ ਜੇ ਇਸ ਤਰ੍ਹਾਂ ਹੋਰ ਹੋ ਗਿਆ ਨਰਮਲ ਹੋਣਾ ਹੀ ਨਹੀਂ ਲੋਕਾਂ ਨੂੰ ਵਿਜਣਾ ਹੀ ਨਹੀਂ ਹਾਂਜੀ ਤੇ ਉਹਦੇ ਨਾਲ ਕੀ ਹੋਏਗਾ ਕਿ ਡਾਈਵਰਸੀਫਿਕੇਸ਼ਨ ਫਿਰ ਜਿਹੜੀ ਉਹ ਕਾਗਜ਼ਾਂ 'ਚ ਹੀ ਹੋਏਗੀ ਹਾਂਜੀ ਕਾਗਜ਼ਾਂ 'ਚ ਹੀ ਹੋਏਗੀ ਜੀ ਬਿਲਕੁਲ ਜੀ